ਪੰਜਾਬੀ ਰੇਡੀਓ ਜੋ ਐਸਐਸ ਹੋ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜਿਸ ਤਰ੍ਹਾਂ ਉੱਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਪਿਰ ਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500। ਅਸ਼ਾਂਤਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜੱਸੀ ਗਿੱਲ ਅਤੇ ਜੱਸੀ ਸਿੱਧੂ ਜੀ ਬੇਕਰਸਵੇਲ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਵੇਲ, ਹਰਵੰਤ ਸਿੰਘ ਉੱਪਲ ਜੁੱਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਅਤੇ ਖਬਰਾਂ ਵੀ ਪਹਿਲੀਆਂ ਇਹੀ ਆ ਅਖਬਾਰਾਂ ਦੇ ਵਿੱਚ ਆਮ ਆਦਮੀ ਪਾਰਟੀਆਂ ਦੀ ਰਾਹੀਂ ਕਿ ਭਗਵੰਤ ਮਾਨ ਨੂੰ ਜਦ ਦਾ ਪ੍ਰਧਾਨ ਬਣਾਇਆ, ਕੁਛ ਦਿਨ ਹੋਏ ਆ, ਬੜੀ ਤਰਸੱਲੀ ਮਚੀ ਪਈ ਆ, ਪਰ ਭਗਵੰਤ ਮਾਨ ਨੇ ਅਪਕਾਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਿਆ ਅਤੇ ਤਾੜਨਾ ਕੀਤੀ ਘੁੱਗੀ ਨੂੰ। ਐਕਚੁਅਲੀ ਜੀ, ਕਿਉਂਕਿ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗੁਰਪ੍ਰੀਤ ਸਿੰਘ ਵੜੈਚ ਨੇ, ਵੈਸੇ ਉਹਨਾਂ ਨੂੰ ਵੜੈਚ ਕਿਹਾ ਗਿਆ ਜੀ ਪ੍ਰੈਸ ਕਾਨਫਰੰਸ, ਕਹਿੰਦੇ ਨੀ ਵੜੈਚ ਨੀ, ਮੈਨੂੰ ਘੁੱਗੀ ਕਹੋ। ਤੇ ਐਕਚੁਅਲੀ ਜਦੋਂ ਬਣੇ ਸੀਗੇ ਕਨਵੀਨਰ ਉਦੋਂ ਕਹਿੰਦੇ ਸੀ ਘੁੱਗੀ ਨੀ ਵੜੈਚ ਕਹੋ। ਤੋ ਉਹਨਾਂ ਨੇ ਜਿਹੜੀ ਇੱਕ ਗੱਲ ਆਖੀ ਕਿ ਮੈਂ ਭਗਵੰਤ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਉਹ ਨਹੀਂ ਚੱਲ ਸਕਦਾ, ਉਹਨਾਂ ਨੇ ਸ਼ਰਾਬ ਦੀ ਲੱਤ ਦੇ ਉੱਤੇ ਵੀ ਜਿਹੜੀ ਹੈ ਜੀ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕੀਤਾ। ਔਰ ਇਸ ਨੂੰ ਲੈ ਕੇ ਜਿਹੜਾ ਜੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਕਿ ਮੈਂ ਆਪਣੀ ਸੀਟ ਜਿਹੜੀ ਸੀ ਉਹ ਛੱਡ ਕੇ ਗੁਰਪ੍ਰੀਤ ਹੋਰਾਂ ਦੇ ਵਾਸਤੇ ਪ੍ਰਚਾਰ ਕਰਨ ਲਈ ਚਾਰ ਵਾਰੀ ਉਹਨਾਂ ਦੀ ਸੀਟ ਦੇ ਉੱਤੇ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਮੂੰਹੋਂ ਮੰਗ ਕੇ ਸੌਖੀ ਸੀਟ ਜਿਹੜੀ ਸੀ ਉਹ ਲਈ, ਔਰ ਔਖੀ ਸੀਟ ਜਿੱਥੋਂ ਪਾਰਟੀ ਉਹਨੂੰ ਲੜਾਉਣਾ ਚਾਹੁੰਦੀ ਸੀ ਉੱਥੋਂ ਉਹਨਾਂ ਲੜਨ ਤੋਂ ਨਾ ਕਰਤੀ ਮਜੀਠੇ ਤੋਂ। ਉਹਨਾਂ ਕਿਹਾ ਕਿ ਪਾਰਟੀ ਨੇ ਮੈਨੂੰ ਸਖ਼ਤ ਸੀਟ ਦੇ ਉੱਤੇ ਵਸਾਇਆ, ਫਿਰ ਵੀ ਮੈਂ ਸਾਰਿਆਂ ਦੇ ਵਾਸਤੇ ਪ੍ਰਚਾਰ ਕਰਨ ਲਈ ਜਾਂਦਾ ਰਿਹਾ। ਉਦੋਂ ਗੁਰਪ੍ਰੀਤ ਹੋਰਾਂ ਨੂੰ ਜਿਹੜਾ ਜੀ ਇਹ ਗੱਲ ਯਾਦ ਨਹੀਂ ਆਈ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਉਹਨਾਂ ਨੇ ਕਿੰਤੂ ਪਰੰਤੂ ਕੀਤੇ ਨੇ ਕਨਵੀਨਰ ਦੀ ਚੋਣ ਦੇ ਉੱਤੇ। ਉਹਨਾਂ ਕਿਹਾ ਕਿ ਗੁਰਪ੍ਰੀਤ ਹੋਰਾਂ ਦੀ ਜਦੋਂ ਚੋਣ ਕੀਤੀ ਗਈ ਸੀਗੀ ਉਦੋਂ ਵੀ ਇਹੀ ਪ੍ਰਕਿਰਿਆ ਜਿਹੜੀ ਉਹ ਅਪਣਾਈ ਗਈ ਸੀ, ਔਰ ਉਹਨਾਂ ਕਿਹਾ ਕਿ ਮੈਂ ਉਦੋਂ ਇਹਨੂੰ ਐਕਸੈਪਟ ਕੀਤਾ ਸੀਗਾ ਇਸ ਗੱਲ ਨੂੰ ਵੀ ਠੀਕ ਹੈ 3 ਮਹੀਨੇ ਆਇਆ, ਬੇਸ਼ੱਕ ਪਹਿਲਾ ਜਿਹੜਾ ਵਿਅਕਤੀ ਸੀਗਾ ਉਹਨੂੰ ਤੁਸੀਂ ਬਣਾ ਦਿੱਤਾ, ਪਰ ਫਿਰ ਵੀ ਜਿਹੜਾ ਉਹ ਠੀਕ ਹੈ। ਦੂਜੇ ਪਾਸੇ ਇੱਕ ਹੋਰ ਆਗੂ ਜਿਹੜਾ ਉਪਕਾਰ ਸਿੰਘ ਸੰਧੂ, ਜਿਨ੍ਹਾਂ ਨੇ ਬੜੀਆਂ ਪਾਰਟੀਆਂ ਪਿਛਲੇ ਸਾਲ ਦੇ ਦੌਰਾਨ ਜਿਹੜੀਆਂ ਜੀ ਉਹ ਬਦਲੀਆਂ, ਡੇਢ ਸਾਲ ਦੇ ਦੌਰਾਨ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਕਿਉਂਕਿ ਖਾਸਮ ਖਾਸ ਸੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ, ਤੇ ਕਦੀ ਕਾਂਗਰਸ 'ਚ ਚਲੇ ਗਏ, ਕਦੇ ਆਮ ਆਦਮੀ ਪਾਰਟੀ 'ਚ ਆ ਗਏ, ਫਿਰ ਛੱਡ ਕੇ ਅਕਾਲੀ ਦਲ ਦੇ ਵਿੱਚ ਚਲੇ ਗਏ, ਫਿਰ ਛੱਡ ਕੇ ਇੱਧਰ ਆਮ ਆਦਮੀ ਪਾਰਟੀ 'ਚ ਆ ਗਏ, ਤੇ ਇਹਨੂੰ ਟਿਕਟ ਦਿੱਤੀ ਸੀਗੀ ਜੀ ਲੋਕ ਸਭਾ ਦੀ। ਉਹਨਾਂ ਨੇ ਜਿਹੜਾ ਜੀ ਕਿੰਤੂ ਪਰੰਤੂ ਗੱਲ ਕੀਤਾ ਕਿ ਇਹਨੂੰ ਜਿਹੜਾ ਹੈ ਜੀ ਪਟਿਆਲਾ ਪੈਗ ਪਾਰਟੀ ਜਿਹੜਾ ਉਹ ਬਣਾ ਲੈਣਾ ਚਾਹੀਦਾ, ਉਹਨੂੰ ਜਿਹੜਾ ਜੀ ਭਗਵੰਤ ਮਾਨ ਹੋਰਾਂ ਨੇ ਪਹਿਲੀ ਕਾਰਵਾਈ ਜਿਹੜੀ ਉਹ ਕਰਦਿਆਂ ਹੋਇਆ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜੀ। ਔਰ ਇਹ ਕਿਹਾ ਕਿ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਜੀ ਉਹ ਇੱਦਾਂ ਨਹੀਂ ਬੋਲਣ ਦਿੱਤਾ ਜਾਊਗਾ। ਸੋ ਇਹ ਜਿਹੜਾ ਜੀ ਸਾਰਾ ਕੁਛ ਪੰਜਾਬ ਦੇ ਵਿੱਚ ਜਾਰੀ ਆ, ਲੈਟਸ ਸੀ ਕਿੰਨੇ ਕੁ ਦਿਨ ਜਿਹੜਾ ਜੀ ਉਹ ਜਾਰੀ ਰਹਿੰਦਾ। ਹਾਲਾਂਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਇੱਕ ਵੀਡੀਓ ਜਿਹੜੀ ਹੈ ਜੀ ਉਹ ਪਾਈ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਅਹੁਦਿਆਂ ਤੋਂ ਅਸਤੀਫੇ ਦੀ ਪੇਸ਼ਕਸ਼ ਜਿਹੜੀ ਹੈ ਜੀ ਉਹ ਕਿਉਂ ਕੀਤੀ ਸੀ ਕਿ ਕਿਸੇ ਇਹ ਕਾਬਲ ਵਿਅਕਤੀ ਨੂੰ ਜਿਹੜੇ ਉਹ ਦੇ ਦਿੱਤੇ ਜਾਣ। ਸੋ ਜਿਹੜੇ ਦਿੱਲੀ ਦੇ ਵਿੱਚ ਸੀਗਾ ਜੀ ਵਿਵਾਦ ਉਹ ਵੀ ਜਾਰੀ ਹੈ। ਕਪਿਲ ਮਿਸ਼ਰਾ ਜਿਹੜਾ ਜੀ ਉਹ ਭੁੱਖ ਹੜਤਾਲ ਦੇ ਉੱਤੇ ਬੈਠਾ ਹੋਇਆ, ਜਦੋਂ ਕਿ EVM ਮਸ਼ੀਨਾਂ ਵਾਲਾ ਜਿਹੜਾ ਜੀ ਉਹ ਮਾਮਲਾ ਆਮ ਆਦਮੀ ਪਾਰਟੀ ਦੇ ਵੱਲੋਂ ਉਭਾਰਿਆ ਜਾ ਰਿਹਾ ਜੀ। ਇਹ ਸਾਰਾ ਕੁਛ ਦੇਖਿਆ ਜਾਵੇ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ, ਉਹ ਚਾਹੇ ਤੁਸੀਂ ਰੀਜਨਲ ਅਖਬਾਰਾਂ ਲੈ ਲਓ ਅਤੇ ਚਾਹੇ ਨੈਸ਼ਨਲ ਅਖਬਾਰਾਂ ਜਿਹੜੀਆਂ ਜੀ ਉਹ ਲੈ ਲਓ, ਉਹਨਾਂ ਸਾਰੀਆਂ ਤੋਂ ਇਹੋ ਲੱਗਦਾ ਜੀ ਕਿ ਪੂਰੇ ਮੁਲਕ ਦੇ ਵਿੱਚ ਇੱਕੋ ਇੱਕ ਪਾਰਟੀ ਹੈ, ਸਿਆਸੀ ਪਾਰਟੀ, ਜਿਹਦੀਆਂ ਸਾਰੀਆਂ ਅਖਬਾਰਾਂ ਜਿਹੜੀਆਂ ਜੀ ਔਰ ਸਾਰੇ ਚੈਨਲ ਇੱਕੋ ਹੀ ਪਾਰਟੀ ਦੀ ਗੱਲ ਇਸ ਵੇਲੇ ਕਰੀ ਜਾ ਰਹੇ ਨੇ ਵੀ ਝਾੜੂ ਜਿਹੜਾ ਉਹ ਤੀਲਾ ਤੀਲਾ ਹੋ ਗਿਆ। ਬਿਲਕੁਲ ਜੀ, ਉਸ ਨੂੰ ਖਤਮ ਕਰਨ ਦੀਆਂ ਤਿਆਰੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਈ ਕੋਰਟ ਦੀ। ਹਾਈ ਕੋਰਟ ਨੇ ਏਅਰਪੋਰਟ ਅਥਾਰਟੀ ਨੂੰ ਫਿਰ ਤਾੜਿਆ। ਜਿਹੜਾ ਹਾਈ ਕੋਰਟ ਹੈ ਜੀ, ਇਹਨੇ ਤਾਂ ਬਹੁਤ ਕੁਛ ਪਹਿਲਾਂ ਵੀ ਜਿਹੜਾ ਜੀ ਕੀਤਾ, ਬੜੇ ਸਖ਼ਤ ਲਹਿਜ਼ਾ ਜਿਹੜਾ ਜੀ ਉਹ ਅਪਣਾਇਆ ਸੀ। ਐਕਚੁਲੀ ਜਿਹੜੇ ਕੁਛ ਬਿਜ਼ਨਸਮੈਨ ਨੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਸੀਗੀ। ਲਗਾਤਾਰ ਜਿਹੜੀ ਹੈ ਜੀ ਇਹਦੇ ਉੱਤੇ ਸੁਣਵਾਈ ਹਾਈ ਕੋਰਟ ਕਰਦੀ ਰਹੀ ਆ। ਹੁਣ ਇੱਕ ਵਾਰੀ ਫਿਰ ਹਾਈ ਕੋਰਟ ਨੇ ਏਅਰਪੋਰਟ ਅਥਾਰਟੀ ਨੂੰ ਬਹੁਤ ਬੁਰੇ ਤਰੀਕੇ ਨਾਲ ਖਿੱਚਿਆ।
ਇਹ ਗੱਲ ਜਿਹੜੀ ਅਸੀਂ ਆਖੀ ਆ ਕਿ ਇਹ ਕਾਹਦੇ ਵਾਸਤੇ ਏਅਰਪੋਰਟ ਜਿਹੜੇ ਅਸੀਂ ਡੋਮੈਸਟਿਕ ਬਣਾਏ ਹੋਏ ਨੇ ਬਠਿੰਡਾ ਲੁਧਿਆਣਾ ਪਠਾਨਕੋਟ, ਜਦੋਂ ਇਹਨਾਂ ਤੋਂ ਤੁਸੀਂ ਡੋਮੈਸਟਿਕ ਇੱਕ ਵੀ ਫਲਾਈਟ ਜਿਹੜੀ ਅਸੀਂ ਉਹ ਸ਼ੁਰੂ ਕਰਨ ਦੇ ਕਾਬਲ ਨਹੀਂ। ਹਾਈ ਕੋਰਟ ਨੇ ਪੁੱਛਿਆ ਕਿ ਜਿਹੜੀ ਏਅਰਪੋਰਟ ਅਥਾਰਟੀ ਆ, ਐਵੀਏਸ਼ਨ ਮਿਨਿਸਟਰੀ ਆ, ਇਹ ਪਰਮਿਸ਼ਨ ਦਿੰਦੀ ਆ ਏਅਰਪੋਰਟ ਬਣਾਉਣ ਦੀ, ਜਦੋਂ ਉਹ ਕਹਿੰਦੇ ਕਿ ਤੁਸੀਂ ਇਹਦਾ ਮਤਲਬ ਕੋਈ ਸਰਵੇ ਨਹੀਂ ਕੀਤਾ ਕਿ ਇੱਥੋਂ ਫਲਾਈਟਾਂ ਜਿਹੜੀਆਂ ਸ਼ੁਰੂ ਹੋ ਸਕਦੀਆਂ ਨੇ ਜਾਂ ਨਹੀਂ। ਜੇ ਨਹੀਂ ਸੀ ਹੋ ਸਕਦੀਆਂ ਤੇ ਫਿਰ ਇਹ ਕਿਸਾਨਾਂ ਨੂੰ ਉਜਾੜ ਕੇ ਏਅਰਪੋਰਟ ਬਣਾਉਣ ਦੀ ਪਰਮਿਸ਼ਨ ਜਿਹੜੀ ਆ ਉਹ ਕਿਉਂ ਦਿੱਤੀ? ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਨਹੀਂ ਇੱਥੋਂ ਫਲਾਈਟਾਂ ਸ਼ੁਰੂ ਹੋ ਸਕਦੀਆਂ ਤੇ ਇਹ ਜ਼ਮੀਨਾਂ ਜਿਹੜੀਆਂ ਜੀ ਡੀਨੋਟੀਫਾਈ ਕੀਤਾ ਜਾਵੇ, ਕਿਸਾਨਾਂ ਨੂੰ ਇਹ ਜ਼ਮੀਨਾਂ ਜਿਹੜੀਆਂ ਜੀ ਉਹ ਵਾਪਸ ਦੇ ਦਿੱਤੀਆਂ ਜਾਣ। ਜਵਾਬਦੇਹੀ ਜਿਹੜੀ ਧਿਰ ਸੀਗੀ ਉਹਨਾਂ ਦੇ ਵਕੀਲਾਂ ਦੇ ਵੱਲੋਂ, ਤਿੰਨ ਘਰੇਲੂ ਹਵਾਈ ਅੱਡਿਆਂ ਨੂੰ ਜਿਹੜਾ ਜੀ ਛੇਤੀ ਵਰਤੇ ਜਾਣ ਦੇ ਜਿਹੜੇ ਯਤਨ ਸੀਗੇ ਉਹਦੇ ਬਾਰੇ ਵਾਰ ਵਾਰ ਦਿੱਤੇ ਗਏ, ਜਿਹੜਾ ਭਰੋਸਾ ਸੀਗਾ ਜੀ ਉਹਨੂੰ ਮੰਨਣ ਤੋਂ ਨਾ ਕਰਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਸੋਲਿਸਿਟਰ ਜਨਰਲ ਆਫ ਇੰਡੀਆ ਦੇ ਬੈਂਚ ਨੂੰ ਹਾਲ ਹੀ ਦੇ ਵਿੱਚ ਲਾਂਚ ਕੀਤੀ ਉਡਾਨ ਯੋਜਨਾ ਜਿਹੜੀ ਜੀ ਉਹ ਸੌਂਪੀ, ਜਿਹਦੇ ਤਹਿਤ ਬਠਿੰਡਾ ਤੇ ਲੁਧਿਆਣਾ ਦੇ ਹਵਾਈ ਅੱਡਿਆਂ ਤੋਂ ਦਿੱਲੀ ਲਈ ਹਫ਼ਤੇ ਵਿੱਚ 2 ਦਿਨ ਛੋਟੇ ਹਵਾਈ ਜਹਾਜ਼ਾਂ ਦੀਆਂ ਉਡਾਨਾਂ ਜਿਹੜੀਆਂ ਜੀ ਉਹ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ ਗਈ। ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਕਾਗਜ਼ੀ ਕਾਰਵਾਈਆਂ ਕਰਨ ਆਉਂਦੇ ਹੋ, ਕੋਈ ਨਾ ਕੋਈ ਨਵੇਂ ਕਾਗਜ਼ ਜਿਹੜੇ ਜੀ ਉਹ ਚੁੱਕ ਕੇ ਲੈ ਕੇ ਆ ਜਾਂਦੇ ਹੋ। ਉਹਨਾਂ ਕਿਹਾ ਕਿ ਜਿਹੜੇ ਏਅਰਪੋਰਟ ਇੰਟਰਨੈਸ਼ਨਲ ਬਣਾਏ ਗਏ ਨੇ ਉਹਨਾਂ ਤੋਂ ਕਿੰਨੀਆਂ ਤੁਸੀਂ ਫਲਾਈਟਾਂ ਜਿਹੜੀਆਂ ਜੀ ਉਹ ਸ਼ੁਰੂ ਕੀਤੀਆਂ ਨੇ। ਸੋ ਇਹ ਲਗਾਤਾਰ ਹੈ ਜੀ, ਤਕਰੀਬਨ 1 ਸਾਲ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਜਿੰਨੀ ਜਿਹੜੀ ਹੈ ਜੀ ਉਹ ਇਹ ਕੋਸ਼ਿਸ਼ ਕਰ ਰਿਹਾ ਔਰ ਏਅਰਪੋਰਟ ਅਥਾਰਟੀ ਨੂੰ ਜਿਹੜਾ ਜੀ ਉਹ ਪੱਬਾ ਭਾਰ ਕਰ ਰਿਹਾ ਕਿ ਇੱਥੋਂ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਜੀ ਉਹ ਕਿਉਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ, ਉਹ ਚਾਹੇ ਚੰਡੀਗੜ੍ਹ ਵਾਲਾ ਏਅਰਪੋਰਟ ਆ, ਮੋਹਾਲੀ ਵਾਲਾ ਤੇ ਚਾਹੇ ਅੰਮ੍ਰਿਤਸਰ ਵਾਲਾ। ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹ ਦਖਲ ਹੀ ਸੀਗਾ ਜਿਹਦੇ ਕਰਕੇ ਕੁਛ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਜੀ ਇੱਥੋਂ ਸ਼ੁਰੂ ਹੋਈਆਂ ਨੇ, ਪਰ ਜਿੱਡੇ ਵੱਡੇ ਇਹ ਢਾਂਚੇ ਖੜੇ ਕਰ ਲਏ ਗਏ ਨੇ ਉਹਨਾਂ ਇੱਥੇ ਆਵਾਜਾਈ ਜਿਹੜੀ ਹੈ ਜੀ ਉਹ ਨਹੀਂ ਹੋ ਸਕੀ। ਹਾਂ, 2 ਏਅਰਪੋਰਟ ਜ਼ਰੂਰ ਕੁਛ ਬਿਜ਼ੀ ਨੇ, ਮੋਹਾਲੀ ਵਾਲਾ ਤਾਂ ਖਾਸ ਤੌਰ ਦੇ ਉੱਤੇ ਬਿਜ਼ੀ ਹੈਗਾ ਜੀ, 60 ਦੇ ਕਰੀਬ ਇੱਥੇ ਫਲਾਈਟਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਨੇ ਡੇਲੀ, ਪਰ ਅੰਮ੍ਰਿਤਸਰ ਤੋਂ ਉਨੀਆਂ ਫਲਾਈਟਾਂ ਜਿਹੜੀਆਂ ਜੀ ਉਹ ਨਹੀਂ ਜਾਂਦੀਆਂ, ਕੁਛ ਫਲਾਈਟਾਂ ਜਿਹੜੀਆਂ ਡੋਮੈਸਟਿਕ ਜਾਂਦੀਆਂ ਜ਼ਰੂਰ ਨੇ। ਏਅਰਪੋਰਟ ਅਥਾਰਟੀ ਇਹ ਕਹਿੰਦੀ ਹੈ ਕਿ ਜਿਹੜਾ ਨਵੀਂ ਸਕੀਮ ਆਈ ਹੈ ਉਡਾਨ, ਜਿਹਦੇ 'ਚ 1 ਘੰਟੇ ਤੋਂ ਘੱਟ ਦੀ ਜਿਹੜੀ ਫਲਾਈਟ ਆ ਉਹ 2500 ਰੁਪਈਏ ਦੇ ਵਿੱਚ ਕੀਤੀ ਜਾ ਸਕਦੀ ਹੈ, ਉਦੋਂ ਬਾਅਦ ਡੋਮੈਸਟਿਕ ਏਅਰਪੋਰਟ ਜਿਹੜੇ ਆ ਜੀ ਉਹ ਚੱਲ ਸਕਦੇ ਆ। ਸੋ ਕਦੋਂ ਇਹ, ਕੋਈ ਸਮਾਂ ਉਹਨਾਂ ਨੇ ਸੀਮਾ ਨਹੀਂ ਦੱਸੀ ਜੀ। ਬਿਲਕੁਲ ਜੀ, ਜੇ ਇੰਟਰਨੈਸ਼ਨਲ ਫਲਾਈਟਸ ਉੱਧਰ ਨੂੰ ਜਾਣ ਤਾਂ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਆ ਬਹੁਤ ਇਲਾਕਾ ਇੱਧਰੋਂ ਆਇਆ ਹੋ ਜ਼ਰੂਰ ਤਰਜੀਹ ਦੇਣਗੇ। ਅੱਗੇ ਆਪਾਂ ਖੁਰਾਕ ਅਤੇ ਸਪਲਾਈ ਦਾ ਜਿਹੜਾ ਵੱਡਾ ਘਟਾਲਾ ਆ ਜੇ ਉਸ ਦੀ ਗੱਲ ਕਰੀਏ ਤਾਂ ਉਸ ਦੇ ਵੀ ਜਿਹੜੀ ਜਾਂਚ ਆ ਹੋ ਰਹੀ ਆ। ਇਹ ਬਹੁਤ ਵੱਡਾ ਜਿਹੜਾ ਜੀ ਉਹ ਘਟਾਲਾ ਤੁਸੀਂ ਕਹਿ ਸਕਦੇ ਹੋ, ਕਿਉਂਕਿ ਇਹ 31,000 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਘਟਾਲਾ ਸੀਗਾ। ਜਿਹੜੀ ਪਿਛਲੀ ਕਾਂਗਰਸ ਦੀ ਸਰਕਾਰ ਸੀ ਜੀ ਉਹ ਇਹਦੇ ਉੱਤੇ, ਉਹ ਵੀ ਅਤੇ ਜਿਹੜੀ ਵਿਰੋਧੀ ਪਾਰਟੀ ਸੀਗੀ ਉਹ ਵੀ ਇਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਵੱਡਾ ਉਠਾਉਂਦੀ ਰਹੀ ਕਿ ਇਹ ਜਿਹੜੀ ਕਣਕ ਸੀਗੀ ਉਹ ਗਈ ਕਿੱਥੇ। ਹੁਣ ਇਸ ਮਾਮਲੇ ਦੀਆਂ ਜਿਹੜੀਆਂ ਪਰਤਾਂ ਨੇ ਉਹ ਕੁਛ ਖੁੱਲ੍ਹਣੀਆਂ ਸ਼ੁਰੂ ਹੋਈਆਂ ਨੇ ਔਰ ਇਹਨਾਂ ਪਰਤਾਂ ਦੇ ਵਿੱਚ ਜਿਹੜਾ ਜੀ ਪਤਾ ਇਹ ਲੱਗ ਰਿਹਾ ਕਿ ਜਿਹੜੇ ਬਾਦਲ ਪਰਿਵਾਰ ਦੇ ਜਵਾਈ ਨੇ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹਨਾਂ ਦੇ ਖਾਸਮ ਖਾਸ ਜਿਹੜੇ ਆ ਜੀ ਉਹ ਲਾਏ ਵੀ ਗਏ ਸੀਗੇ ਜਦੋਂ ਉਹ ਰਿਟਾਇਰ ਹੋ ਗਏ, ਉਹਨਾਂ ਨੂੰ ਉਚੇਚੇ ਤੌਰ ਦੇ ਉੱਤੇ ਲਿਆ ਕੇ ਫਿਰ ਭਰਤੀ ਜਿਹੜਾ ਜੀ ਉਹ ਕੀਤਾ ਗਿਆ ਔਰ ਇਹਨਾਂ ਚਹੇਤਿਆਂ ਕੋਲੋਂ ਹੀ ਜੀ ਇਹ ਸਾਰਾ ਕੁਛ ਜਿਹੜਾ ਸੀਗਾ ਇਹ ਕਰਵਾਇਆ ਗਿਆ। 31,000 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਘਪਲਾ, ਹੁਣ ਤੱਕ ਇੰਸਪੈਕਟਰ ਪੱਧਰ ਦੇ 3 ਆਫਿਸਰ ਜਿਹੜੇ ਨੇ ਉਹਨਾਂ ਨੂੰ ਮੁਅੱਤਲ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਖਿੱਤੇ ਦੇ ਵਿੱਚ ਜਿਹੜਾ ਜੀ 150 ਕਰੋੜ ਰੁਪਈਏ ਤੋਂ ਵੱਡੇ ਘਪਲੇ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ ਇਸ ਵੇਲੇ। ਇਹਦਾ ਕਰਤਾ ਧਰਤਾ ਜਿਹੜਾ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਇੱਕ ਸੰਬੰਧਿਤ ਇੰਸਪੈਕਟਰ ਹੈ। ਇਸ ਇੰਸਪੈਕਟਰ ਦੇ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਪਿਛਲੇ 1 ਦਹਾਕੇ ਦੇ ਦੌਰਾਨ ਚੰਮਦੀਆਂ ਚਲਾਉਣ ਦੀਆਂ ਸ਼ਿਕਾਇਤਾਂ ਵੀ ਜਿਹੜੀਆਂ ਜੀ ਉਹ ਮਿਲੀਆਂ ਨੇ। 31,000 ਕਰੋੜ ਰੁਪਈਏ ਦੀਆਂ ਗੜਬੜੀਆਂ ਦੀ ਵੱਖਰੀ ਜਾਂਚ ਦੇ ਆਦੇਸ਼ ਜਿਹੜੇ ਆ ਉਹ ਦਿੱਤੇ ਗਏ ਆ। ਇਹਦਾ ਮੁਕੰਮਲ ਕੰਟਰੋਲ ਮਹਿਕਮੇ ਦਾ ਸਾਰੇ ਦਾ ਸਾਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਿਹੜਾ ਜੀ ਉਹ ਹੱਥ ਦੇ ਵਿੱਚ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਇਹਦੀਆਂ ਪਰਤਾਂ ਜਦੋਂ ਉਧੜਨਗੀਆਂ ਤੇ ਇਹਦੇ ਵਿੱਚੋਂ ਬਹੁਤ ਸਾਰਾ ਕੁਛ ਜਿਹੜਾ ਜੀ ਉਹ ਨਿਕਲਣ ਦੇ ਆਸਾਰ ਨੇ। ਬਿਲਕੁਲ ਜੀ, ਜੇ ਪਰਤਾਂ ਅਖੀਰ ਤੱਕ ਉੱਧਰ ਗਈਆਂ ਅਤੇ ਅੱਗੇ ਆਪਾਂ ਦੌਲੋਵਾਲ ਪਿੰਡ ਦੀ ਬਹੁਤ ਗੱਲ ਕੀਤੀ ਆ ਪਿਛਲੇ ਸਾਲ ਵੀ, ਉੱਥੇ ਸਾਰਾ ਪਿੰਡ ਹੀ ਜਿਹੜਾ ਡਰੱਗ ਵੇਚਦਾ ਤਾਂ, ਪਰ ਪੁਲਿਸ ਦੀਆਂ ਰੇਡਾਂ ਵੀ ਜਾਰੀ ਆ ਅਤੇ ਪਰ ਉਹਨਾਂ ਦੇ ਹੱਥ ਪੱਲੇ ਵੀ ਕੁਛ ਨਹੀਂ ਪੈ ਰਿਹਾ। ਬਿਲਕੁਲ ਜੀ, ਇਹ ਐਕਚੁਲੀ ਪਿੰਡ
ਚਰਚਾ ਦੇ ਵਿੱਚ ਰਿਹਾ ਜੀ। ਕਿਸੇ ਟਾਈਮ ਪਿਛਲੀ ਸਰਕਾਰ ਦੇ ਦੌਰਾਨ ਖਾਸ ਤੌਰ ਦੇ ਉੱਤੇ ਪੁਲਿਸ ਦੀ ਮਿਲੀ ਭਗਤ ਭੁਗਤ ਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਹੱਥ ਜਿਹੜਾ ਜੀ ਪਿੱਠ ਦੇ ਉੱਤੇ ਹੋਣ ਕਰਕੇ ਇਸ ਪਿੰਡ ਦੇ ਵਿੱਚ 80% ਤੋਂ ਉੱਪਰ ਜਿਹੜੇ ਘਰ ਨੇ ਉਹ ਚਿੱਟੇ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਸੀਗੇ। ਇੱਕ ਰਿਪੋਰਟਾਂ ਜਿਹੜੀਆਂ ਜੀ ਉਹਨੂੰ ਦੱਸਦੀਆਂ ਸੀ ਕਿ 35 ਲੱਖ ਰੁਪਈਏ ਦਾ ਚਿੱਟਾ ਰੋਜ਼ ਇੱਥੋਂ ਇੱਕ ਪਿੰਡ ਦੇ ਵਿੱਚੋਂ ਜਿਹੜਾ ਜੀ ਉਹ ਵਿਕਦਾ ਸੀਗਾ। ਬਹੁਤ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਵਾਲੇ ਜਿਹੜਾ ਜੀ ਇੱਥੋਂ ਚਿੱਟਾ ਲੈਣ ਦੇ ਵਾਸਤੇ ਅਕਸਰ ਆਉਂਦੇ ਜਾਂਦੇ ਜਿਹੜੇ ਉਹ ਵੇਖੇ ਜਾਂਦੇ ਸੀ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਪਿੰਡ ਵਾਹਵਾ ਚਰਚਾ ਦੇ ਵਿੱਚ ਜਿਹੜਾ ਆਇਆ ਸੀਗਾ, ਜਦੋਂ ਪੁਲਿਸ ਨੇ ਇਸ ਪਿੰਡ ਦੇ ਬਾਹਰ ਉਦੋਂ ਸਾਈਨ ਬੋਰਡ ਲਾ ਦਿੱਤੇ ਸੀਗੇ ਕਿ ਇੱਥੇ ਆਉਣ ਵਾਲਿਆਂ ਦੇ ਉੱਤੇ ਪੁਲਿਸ ਦੀ ਨਿਗਾਹ ਜਿਹੜੀ ਆ ਜੀ ਉਹ ਰੱਖੀ ਜਾ ਰਹੀ ਹੈ। ਹੁਣ ਫਿਰ ਦੌਲੇ ਵਾਲਾ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ। ਹੁਣ ਦੌਲੇ ਵਾਲੇ ਦੇ ਉੱਤੇ ਜਿਹੜੀਆਂ ਜੀ ਰੇਡ ਨੇ ਪੁਲਿਸ ਦੀਆਂ ਉਹ ਲਗਾਤਾਰ ਪੈ ਰਹੀਆਂ ਨੇ, ਔਰ ਉੱਥੋਂ ਜਿਹੜੇ ਇਹ ਨਸ਼ਾ ਵੇਚਣ ਵਾਲੇ ਚਿੱਟਾ ਵੇਚਣ ਵਾਲੇ ਲੋਕ ਨੇ ਜੀ ਉਹ ਭਗੌੜੇ ਹੋਏ ਹੋਏ ਨੇ, ਭੱਜ ਗਏ ਹੋਏ ਨੇ ਪਿੰਡ ਛੱਡ ਕੇ। ਬਹੁਤੇ ਜਿਹੜੇ ਬੰਦੇ ਨੇ ਉਹ ਪਿੰਡ 'ਚ ਰਹਿੰਦੇ ਨੇ, ਉੱਥੋਂ ਹੁਣ ਨਸ਼ੇ ਦਾ ਕਾਰੋਬਾਰ ਵੀ ਜਿਹੜਾ ਜੀ ਉਹ ਘਟਿਆ ਜਾਂ ਤਕਰੀਬਨ ਹਾਲ ਦੀ ਘੜੀ ਜਿਹੜਾ ਬੰਦ ਹੈ, ਕਿਉਂਕਿ ਵਾਰ ਵਾਰ ਜਿਹੜੀ ਪੁਲਿਸ ਦੀ ਰੇਡ ਪੈ ਰਹੀ ਆ ਉਹਦੇ ਵਿੱਚ ਲੱਭ ਕੁਛ ਨਹੀਂ ਰਿਹਾ। 3 ਕੁ ਦਿਨ ਪਹਿਲਾਂ ਪੁਲਿਸ ਨੇ ਇੱਥੇ ਜਿਹੜੀ ਜੀ ਰੇਡ ਕੀਤੀ ਸੀਗੀ ਤੇ 2 ਜਿਹੜੇ ਭਗੌੜੇ ਵਿਅਕਤੀ ਨੇ ਜਿਹੜੇ ਪੀਓ ਕਰਾਰ ਦਿੱਤੇ ਹੋਏ ਉਹਨਾਂ ਨੂੰ ਫੜ ਲਿਆ ਸੀ, ਤੇ ਪਿੰਡ ਦੇ ਹੀ ਇੱਕ ਅਕਾਲੀ ਜਿਹੜਾ ਜੀ ਪੰਚ ਹੈ ਉਹਨੇ ਆਪਣੇ ਨਾਲ ਜਿਹੜਾ ਜੀ ਬੰਦਿਆਂ ਨੂੰ ਲੈ ਕੇ ਪੁਲਿਸ ਤੇ ਹੀ ਹਮਲਾ ਕਰਤਾ ਤੇ ਉਹਨਾਂ ਨੂੰ ਛਡਾ ਦਿੱਤਾ ਸੀਗਾ ਜੀ। ਪੁਲਿਸ ਨੇ 23 ਬੰਦਿਆਂ ਦੇ ਉੱਤੇ ਪਰਚਾ ਜਿਹੜਾ ਜੀ ਇਸ ਪਿੰਡਿਆਂ ਦੇ ਉੱਤੇ ਦਰਜ ਕੀਤਾ ਛੁਡਾਉਣ ਵਾਲੇ ਮਾਮਲੇ ਦੇ ਉੱਤੇ, ਜਦੋਂ ਕਿ ਇਹ ਅਕਾਲੀ ਪੰਚ ਜਿਹੜਾ ਜੀ ਫੜਿਆ ਗਿਆ, ਬਾਕੀ ਜਿਹੜੇ 22 ਨੇ ਉਹ ਅਜੇ ਤੱਕ ਫੜੇ ਨਹੀਂ ਗਏ। ਤੜਕਸਾਰ ਲੇਟ ਨਾਈਟ ਤੇ ਦੁਪਹਿਰ ਦੇ ਸਮੇਂ ਪੁਲਿਸ ਦੀਆਂ ਲਗਾਤਾਰ ਰੇਡਾਂ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਜੀ ਇਸ ਪਿੰਡ ਦੇ ਉੱਤੇ ਜਾਰੀ ਨੇ। ਪਿੰਡ ਦੇ ਵਿੱਚ ਬੜੇ ਥੋੜੇ ਜਿਹੇ ਘਰ ਨੇ ਜਿਹੜੇ ਕਿ ਇਸ ਕਾਰੋਬਾਰ ਦੇ ਨਾਲ ਨਹੀਂ ਜੁੜੇ ਹੋਏ, ਜਿਹੜੇ ਚਿੱਟੇ ਵਗੈਰਾ ਨਹੀਂ ਵੇਚਦੇ। ਉਹ ਕਹਿੰਦੇ ਕਿ ਜੇ ਪੁਲਿਸ ਦੀ ਮੁਸ਼ਤੈਦੀ ਪਹਿਲਾਂ ਇਸ ਪਿੰਡ ਦੇ ਉੱਤੇ ਇਸੇ ਤਰੀਕੇ ਦੇ ਨਾਲ ਹੁੰਦੀ ਤੇ ਸ਼ਾਇਦ ਇਹ ਪਿੰਡ ਇੰਨਾ ਚਿੱਟੇ ਦੇ ਵਿੱਚ ਜਿਹੜਾ ਰਚ ਵਿੱਚ ਨਾ ਜਾਂਦਾ ਤੇ ਇੰਨੀ ਬਦਨਾਮੀ ਉਹਨਾਂ ਨੂੰ ਸਹਿਣੀ ਨਾ ਪੈਂਦੀ। ਹਾਲਾਤ ਇਹ ਨੇ ਕਿ ਦੌਲੇ ਵਾਲਾ ਪਿੰਡ ਦਾ ਨਾਮ ਲੈਂਦਿਆਂ ਹੀ ਜਿਹੜੇ ਲੋਕ ਨੇ ਜੇ ਕੋਈ ਦੱਸੇ ਕਿ ਉੱਥੋਂ ਦਾ ਵਸਨੀਕ ਹੈ ਤੇ ਉਹ ਮੂੰਹ ਸਿਰ ਜਿਹੜਾ ਜੀ ਪਾਸੇ ਨੂੰ ਫੇਰਨਾ ਸ਼ੁਰੂ ਕਰ ਦਿੰਦੇ ਨੇ, ਇੰਨਾ ਇਹ ਪਿੰਡ ਬਦਨਾਮ ਹੋ ਗਿਆ ਹੈ। ਬਿਲਕੁਲ ਜੀ, ਪਹਿਲਾਂ ਤਾਂ ਪੁਲਿਸ ਵੀ ਨਾਲ ਹੀ ਰਲੀ ਹੋਈ ਸੀ। ਤਾਂ ਅੱਗੇ ਆਪਾਂ ਇੱਕ ਹੋਰ ਘੁਟਾਲੇ ਦੀ ਗੱਲ ਕਰ ਲਈਏ, ਜਿਹੜਾ ਖਾਸ ਸਕੈਂਡਲ ਆ ਉਸ ਦੇ ਵਿੱਚ ਜਿਹੜੇ ਸ਼ੱਕੀ ਆਫੀਸਰ ਆ, ਹੋ ਸਕਦਾ ਕਿ ਇਹਨਾਂ 'ਤੇ ਛੇਤੀ ਛਕੰਜਾ ਕੱਸਿਆ ਜਾਵੇ। ਬਿਲਕੁਲ ਜੀ, ਐਕਚੁਲੀ ਇਹ ਵੀ ਕਿਉਂਕਿ ਸਕੈਂਡਲ ਹੀ ਸਕੈਂਡਲ ਨੇ ਜੀ, ਜਿੰਨੇ ਮਰਜ਼ੀ ਤੁਸੀਂ ਜਿਹੜਾ ਉਹ ਕੱਢ ਲਓ, ਜਿਹੜੇ ਵੀ ਮਹਿਕਮੇ ਨੂੰ ਤੁਸੀਂ ਹੱਥ ਪਾਓਗੇ ਉਹਦੇ ਵਿੱਚ ਤੁਹਾਨੂੰ ਸਕੈਂਡਲ ਜਿਹੜਾ ਜੀ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਵਿਜੀਲੈਂਸ ਜਿਹੜਾ ਜੀ ਬਠਿੰਡਾ ਹੈ ਉਹਨੇ ਇਹ ਖਾਲ ਸਕੈਂਡਲ ਦੇ ਨਾਲ ਜੁੜੇ ਜਿਹੜੇ ਸ਼ੱਕੀ ਆਫੀਸਰ ਨੇ ਉਹਨਾਂ ਦੀ ਪੈੜ ਨੱਪਣੀ ਸ਼ੁਰੂ ਕਰਤੀ ਹੈ ਜੀ। ਪੰਜਾਬ ਜਲ ਸਰੋਤ ਤੇ ਵਿਕਾਸ ਕਾਰਪੋਰੇਸ਼ਨ ਨੇ 2 ਐਕਸੀਆਂ ਨੂੰ ਵੱਢੀ ਲੈਣ ਦੇ ਦੋਸ਼ ਦੇ ਵਿੱਚ ਜਿਹੜੇ ਉਹ ਫੜੇ ਸੀਗੇ। ਇਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਰਕੇ ਨੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਕਰਕੇ ਸਕੈਂਡਲ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਵਾਸਤੇ ਸ਼ਿਕਾਇਤ ਕੀਤੀ ਸੀਗੀ। ਹੁਣ ਵਿਜੀਲੈਂਸ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਬਠਿੰਡਾ ਤੇ ਮਾਨਸਾ ਦੇ ਵਿੱਚ ਬਣੇ ਖਾਲਿਆਂ ਦੀ ਉਸਾਰੀ ਦੇ ਵਿੱਚ ਗੜਬੜੀ ਦੇ ਬਾਰੇ ਛੇਤੀ ਉਹ ਖੁਲਾਸਾ ਜਿਹੜਾ ਜੀ ਉਹ ਕਰਨਗੇ। ਬਠਿੰਡਾ ਨੇ ਟਿਊਬਵੈਲ ਕਾਰਪੋਰੇਸ਼ਨ ਦੇ ਐਕਸੀਅਮ ਸੁਰੇਸ਼ ਕੁਮਾਰ ਗੋਇਲ ਦੀ ਜਾਇਦਾਦ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਹੈ, ਜਿਹੜਾ ਕਿ ਇਸ ਵੇਲੇ ਮਾਨਸਾ ਜੇਲ੍ਹ ਦੇ ਵਿੱਚ ਬੰਦ ਹੈ। 2 ਹਫ਼ਤੇ ਪਹਿਲਾਂ ਵਿਜੀਲੈਂਸ ਨੇ ਐਕਸੀਅਮ ਗੋਇਲ ਦਾ ਬਠਿੰਡਾ ਦੀ ਇੱਕ ਬੈਂਕ ਵਿਚਲਾ ਲਾਕਰ ਖੋਲਿਆ ਸੀਗਾ, ਜਿਹਦੇ ਵਿੱਚੋਂ 50 ਤੋਲੇ ਸੋਨਾ ਤੇ ਕੁਝ ਹੀਰੇ ਮਿਲੇ ਸੀਗੇ ਜੀ। ਇਸ ਤੋਂ ਬਾਅਦ ਵਿਜੀਲੈਂਸ ਨੇ ਐਕਸੀਅਮ ਗੋਇਲ ਦੀ ਜਾਇਦਾਦ ਦੇ ਵੇਰਵੇ ਜਿਹੜੇ ਉਹ ਇਕੱਠੇ ਕੀਤੇ, ਔਰ ਟਿਊਬਵੈਲ ਕਾਰਪੋਰੇਸ਼ਨ ਦੇ ਐਕਸੀਅਮ ਕੇ ਸਿੰਗਲਾ ਨੂੰ ਰਿਸ਼ਵਤ ਲੈਣ ਦੇ ਦੋਸ਼ ਦੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਸੀਗਾ। ਐਕਸੀਅਮ ਸਿੰਗਲਾ ਦੀ ਪੰਜਾਬ ਹਰਿਆਣਾ ਹਾਈ ਕੋਰਟ 'ਚੋਂ ਜ਼ਮਾਨਤ ਜਿਹੜੀ ਹੋ ਗਈ, ਔਰ ਉਹਦੇ ਉੱਤੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਵੀ ਜਿਹੜਾ ਜੀ ਉਹ ਦਰਜ ਕੀਤਾ ਹੋਇਆ। ਵਿਜੀਲੈਂਸ ਨੇ ਕਰੀਬ 5 ਕਰੋੜ ਦੀ ਉਹਦੀ ਜਾਇਦਾਦ ਦਾ ਭੇਦ ਖੋਲ੍ਹਿਆ ਸੀਗਾ, ਔਰ ਹੁਣ ਵਿਜੀਲੈਂਸ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹਨੇ ਇੱਕ ਹੋਰ ਲੋਕਰ ਇਹਦਾ ਖੋਲ੍ਹਿਆ ਸਿੰਗਲਾ ਦਾ, ਜਿਹਦੇ ਵਿੱਚੋਂ ਉਹਨੂੰ 10 ਲੱਖ ਰੁਪਈਆ ਜਿਹੜਾ ਜੀ ਉਹ ਮਿਲਿਆ। ਜਿਹੜੇ ਵਿਜੀਲੈਂਸ ਵਾਲੇ ਆ ਉਹ ਇਹ ਕਹਿੰਦੇ ਆ ਕਿ ਆਉਂਦੇ ਦਿਨਾਂ ਦੇ ਦੌਰਾਨ ਕੁਛ ਅਫਸਰ ਜਿਹੜੇ ਨੱਪੇ ਗਏ ਨੇ ਇਹਦੇ ਉਹ ਖੁਲਾਸੇ ਜਿਹੜੇ ਕਰਨਗੇ ਕਿ ਕਿਵੇਂ ਇਹ ਖਾਲ ਸਕੈਂਡਲ ਜਿਹੜਾ ਸੀਗਾ ਹੋਇਆ। ਕਾਗਜ਼ਾਂ ਦੇ ਵਿੱਚ ਖਾਲ ਜਿਹੜੇ ਸੀ ਉਹ ਬਣਾ ਦਿੱਤੇ ਗਏ, ਪੈਸੇ ਜਿੰਨੇ ਆਏ ਸੀਗੇ ਖਾਲ ਦੇ ਉਹ ਸਾਰੇ ਹੜੱਪ ਕਰ ਲਏ ਗਏ। ਬਿਲਕੁਲ ਜੀ, ਜਾਂ ਤਾਂ ਕੁਛ ਸਕੈਂਡਲਾਂ ਦੇ ਵਿੱਚ ਜਾਂ ਬਿਮਾਰੀਆਂ ਦੇ ਵਿੱਚ ਲੋਕਾਂ ਨੂੰ ਬਹੁਤ ਘਾਟਾ ਪਿਆ ਆ। ਅੱਗੇ ਆਪਾਂ ਬਰਨਾਲਾ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਉਸ ਦੇ ਕਈ ਪਿੰਡਾਂ ਦੇ ਵਿੱਚ ਸੈਂਕੜੇ ਲੋਕ ਪੀੜੀਏ ਦੇ ਨਾਲ ਮਰ ਗਏ। ਬਿਲਕੁਲ ਜੀ, ਨਾ ਸਿਰਫ ਬਰਨਾਲਾ ਬਲਕਿ ਬਰਨਾਲਾ 'ਚ ਇਹਦਾ ਕਹਿਰ ਜਿਹੜਾ ਜੀ ਉਹ ਕੁਛ ਜ਼ਿਆਦਾ ਹੈ।
सहजड़ा कलाला चन्नणवाल इन पिंडां दे विच काले पीड़िए ने जिहड़े दी पिछले सालां दे विच सैकड़े जानां जिहड़ियां दी उह लै लईआं ने। कई लोग ने जिहड़े जिंदगी मौत की लड़ाई जिहड़ी आ उह लड़ रहे ने। पिंडां दे 1000 दे करीब काले पीड़िए दे मरीज सिविल होस्पिटल बरनाला तो इलाज अपना जिहड़ा दी उह करा चुके ने। सेहत विभाग अजे तक इन्हां पिंडां दे विच काले पीड़िए दी बीमारी का कारण नहीं लभ सकिया। बरनाले तो 20 किलोमीटर दूर पैंदा जी 3500 दी आबादी वाला पिंड कलाला, इहदा जिहड़ा सरपंच है वह यह दसदा जी कि 10 सालों तो काले पीड़िए ने उहदे पिंड दे 60 लोगों की जान लै ली आ। पंचायत मैंबर तक जिहड़ा जी एक वह इस काले पीड़िए का शिकार होया पिया। चन्नण वाला पिंड का सरपंच कहिंदा जी कि 800 घरां दे विच 5000 की आबादी आ, हर घर दे विच कोई ना कोई मैंबर इस हैपेटाइटिस सी जिहड़ा काला पीड़िया इहदी बीमारी तो पीड़ित है। पिंड दे विच बहुत मौतां जिहड़ियां दी उह हो चुकियां ने। लोकां नूं पहली तो गल इह नहीं पता लग रिहा कि उह की खाण की ना खाण, जिहड़ा क्योंकि जिहड़ा सेहत विभाग है जी उह सुत्ता पिया, उन्हें अजे तक टीमां वगैरह जिहड़ियां दी उह भेज के कुछ भी नहीं कीता कि इह असल दे विच बीमारी जिहड़ी है जी उह फैल क्यों रही है। लोग जिहड़े ने जी उह रब आसरे ने, बहुत सारे लोग इन्हां पिंडां दे विच इस तरह के भी ने जिहड़े सरकारी होस्पिटल तक अपना इलाज कराउण दे वास्ते नहीं जा सकते, ते फिर उह सहारा जिहड़ा जी उह धागे तवीतां वालिआं दा लै रहे ने कि शायद हो सकदा धागिआं दे नाल उहनां दी बीमारी जिहड़ी है जी उह ठीक हो जाए। जिवें एक पिंड दा जिक्र जिहड़ा वाघे पुराणे दे नेड़े आ जी, उह कैंसर पीड़ित तों लगदा है कि दिन दे विच कई वारी दो दो मौतां वी उत्थे जिहड़ियां हो जांदियां ने। ते बरनाले डिस्ट्रिक्ट दे विच जिहड़े जी हालात इह ने कि इत्थे इह वी जिहड़ा जी पता लग रिहा कि काला पीड़िया फैल जिहड़ा जी उह कित्थों लिया। लोक जिहड़े ने जिहड़े घट पढ़े लिखे ने उह इह समझदे ने कि कोई कियामत है जिहड़ी उहनां दे पिंड दे उत्ते आ के डिग रही है जी। अजी तो अगली आप गल करते हैं फरीदकोट ते तलवाड़ा दे विचकार जंगलां नूं अग लगी ते सैकड़े पंछी ओ मरे। गर्मी की वजह करके जिहड़ी है जी अग लगी दसी दी आ। वैसे तो अग जिहड़ी है जी नाड़ नूं भी इत्थे बहुत लगी आ, रुख वगैरह तो बहुते जिहड़े है जी वो इत्थे साड़ले, लोगों ने आप ही पुराने रुखों भी अग लगी नाड़ की वजह करके सड़ सुड़ गए। तुसी किसी सड़क के उत्ते लंघो जिहड़ा माड़ा मोटा कोई टावा टावा रुख दिंदा सी उह विचारा मुरझाया जा पिया, अद्धा क सड़िया नाड़ की वजह करके। वैसे ये जिहड़ी अग लगी है जी यह सादक रोड के उत्ते फौजी छोनी छाउनी के कोले फरीदकोट रियासत के सदी पुराना जंगल जिहड़ा जी उहदे विच अग यह लगी है और कुछ मिनटों के विच ही इहने भयानक रूप जिहड़ा जी उतार लिया। 4 घंटिया की जद्दोजहद तो बाद जिहड़ा सीगा जी अग दे उत्ते काबू पाया जा सकिया। फरीदकोट रियासत दे जिहड़ा पुराना हवाई अड्डा जी उहदे तक पहुँच गई सीगी, पर फरीदकोट मोगा ते फिरोजपुर तो जिहड़े फायर ब्रिगेड आ गईआं जिहदे करके जिहड़ा सीगा जी हवाई अड्डे का नुकसान होण तों बच गया। इस जंगल दे विच सैकड़िया की गिणती दे विच जानवर मोर पंछी जिहड़े मौजूद ने जिन्हां दा जानी नुकसान हो गया जिहड़ा जी उह दसीदा की कारण रिहा इस अग लगण दा अजे तक पता नहीं लगा। इसे तरीके की एक अग जिहड़ी जी उह तलवाड़े दे पिंड धार ते बाड़ी दे जंगलां दे विच जिहड़ी जी उह लगी। 2 हैक्टेयर दे करीब जिहड़ा जी इत्थे रुख सीगे उह सड़ गए। इत्थे भी कई घंटिया तो बाद जिहड़ा सीगा जी अग दे उत्ते काबू पाया जा सकिया। यह कहा जा रहा जी कि कुछ ना कुछ रीजन जिहड़ा इहदे पिछे जरूर है, क्योंकि यह कहा जा रहा जी कि मोटरसाइकिल दे उत्ते कोई 2 नौजवान जिहड़े लंघे सन जिन्हां ने मूँह बन्ने हुए सी, उदों बाद यह लपटां जिहड़ियां जी उह आउणियां शुरू होईयां ने। उहनां दा इस जंगल नूं अग लाउण दा कारण की सीगा इह अजे तक प्रशासन जिहड़ा उह लभ नहीं सकिया, बुझ नहीं सकिया जी। जी जी बिल्कुल, बहुत ज़्यादा कई बार तबाही की भी जाती है कितने कितने। ਤੇ ਅੱਗੇ ਆਪਾਂ ਗੱਲ ਕਰਦੇ ਇੱਕ ਕੈਸ਼ ਬੈਨ ਲੁੱਟੀ ਗਈ ਸੀਗੀ, ਕੀ ਉਸ ਦਾ ਕੋਈ ਪਤਾ ਲੱਗਾ? ਨਹੀਂ ਜੀ ਬਿਲਕੁਲ ਵੀ ਨਹੀਂ, ਉਹਦਾ ਜਿਹੜਾ ਜੀ ਅਜੇ ਤੱਕ ਸੁਰਾਗ ਨਹੀਂ ਮਿਲਿਆ। ਪੁਲਿਸ ਜਿਹੜੀ ਆ ਉਹ ਕਈ ਥਿਊਰੀਆਂ ਤੇ ਕੰਮ ਕਰੀ ਜਾਂਦੀ ਆ। ਜਿਹੜੇ ਕੈਮਰਾ ਇਸ ਵੈਨ ਦੇ ਵਿੱਚ ਲੱਗਿਆ ਹੁੰਦਾ ਉਹਦੀ ਘੋਕ ਜਿਹੜੀ ਕਰ ਲਈ ਉਹ ਕੈਮਰਾ ਚੱਲਦਾ ਹੀ ਨਹੀਂ ਸੀਗਾ। ਪੁਲਿਸ ਦਾ ਜਿਹੜਾ ਸ਼ੱਕ ਦੀ ਸੂਈ ਸੀਗੀ ਜੀ ਉਹ ਬੈਂਕ ਦੇ ਮੁਲਾਜ਼ਮਾਂ ਦੇ ਉੱਤੇ ਵੀ ਗਈ, ਉਹਨਾਂ ਤੋਂ ਵੀ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ, ਪਰ ਇਹ ਲੱਗ ਰਿਹਾ ਜੀ ਕਿ ਕਈ ਲੀਡ ਜਿਹੜੀ ਆ
ਉਹ ਪੁਲਿਸ ਨੂੰ ਮਿਲੀ ਨਹੀਂ ਆ ਇਸ ਮਾਮਲੇ ਦੇ ਵਿੱਚ। ਪੁਲਿਸ ਨੇ ਇਹ ਕਿਹਾ ਸੀਗਾ ਜੀ ਕਿ ਇਹ ਜਿਹੜੇ ਲੁੱਟ ਦਾ ਕੰਮ ਜਿਹੜਾ ਜੀ ਇਹ ਗੈਂਗਸਟਰਾਂ ਦਾ ਹੋ ਸਕਦਾ, ਜਿਹਦੇ ਵਿੱਚ ਵਿੱਕੀ ਗੌਂਡਰ ਦਾ ਨਾਮ ਲਿਆ ਗਿਆ ਸੀਗਾ ਕਿ ਸਰਾਵਾਂ ਬੋਦਲਾਂ ਦੇ ਵਿੱਚ ਜਿਹੜੀ ਇਸ ਵੈਨ ਦੇ ਲੁੱਟਣ ਤੋਂ ਅਗਲੇ ਦਿਨ ਡਾਕਾ ਪਿਆ ਸੀ ਉਹਦੇ ਵਿੱਚ ਵੀ ਉਹਦਾ ਹੱਥ ਸੀਗਾ। ਜਦੋਂ ਕਿ ਜਿਹੜੀ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਵਿੱਕੀ ਗੌਂਡਰ ਜਿਹੜਾ ਜੀ ਉਹਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਅਪਡੇਟ ਜਿਹੜਾ ਜੀ ਕੀਤਾ ਕਿ ਪੁਲਿਸ ਮੈਨੂੰ ਝੂਠੇ ਕੇਸਾਂ 'ਚ ਫਸਾਉਣਾ ਚਾਹੁੰਦੀ ਆ। ਉਹ ਕਹਿੰਦਾ ਨਾ ਤਾਂ ਜਿਹੜੀ ਵੈਨ ਲੁੱਟਣ ਵਾਲੀ ਆ ਉਹਦੇ ਵਿੱਚ ਮੇਰਾ ਹੱਥ ਸੀਗਾ, ਨਾ ਸਰਾਵਾਂ ਬੋਦਲਾਂ ਦੇ ਡਾਕੇ ਦੇ ਵਿੱਚ ਮੇਰਾ ਹੱਥ ਸੀਗਾ। ਪੁਲਿਸ ਜਿਹੜੀ ਆ ਜੀ ਉਹ ਇਹਨੂੰ ਸ਼ੱਕ ਦੀ ਸੂਈ ਉਹਦੀ ਸਾਰੀ ਦੀ ਸਾਰੀ ਵਿੱਕੀ ਗੌਂਡਰ ਦੇ ਉੱਤੇ ਹੀ ਜਿਹੜੀ ਆ ਉਹ ਜਾ ਰਹੀ ਆ ਕਿ ਉਹ ਸਿਰਫ ਜਾਂਚ ਜਿਹੜੀ ਆ ਉਹਨੂੰ ਭਟਕਾਉਣ ਦੇ ਵਾਸਤੇ ਇਸ ਤਰ੍ਹਾਂ ਦਾ ਸਟੇਟਸ ਜਿਹੜਾ ਜੀ ਉਹਨੇ ਅਪਡੇਟ ਕੀਤਾ। ਇਹ ਕਿੱਥੋਂ ਅਪਡੇਟ ਹੋਇਆ ਸਟੇਟਸ, ਇਹਦੀ ਖੁਰਾ ਖੋਜ ਜਿਹੜੀ ਆ ਜੀ ਉਹ ਪੁਲਿਸ ਦੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਹਾਨੂੰ ਯਾਦ ਹੋਣਾ ਇੱਥੇ ਲੁਧਿਆਣੇ ਦੇ ਨਜ਼ਦੀਕ ਇਸੇ ਤਰੀਕੇ ਦੇ ਨਾਲ ਇੱਕ ਵੈਨ ਜਿਹੜੀ ਉਹ ਲੁੱਟੀ ਗਈ ਸੀਗੀ, ਕਰੋੜਾਂ ਰੁਪਈਏ ਉਹਦੇ ਵਿੱਚ ਸੀ, ਪਤਾ ਉਹਦਾ ਵੀ ਨਹੀਂ ਲੱਗਿਆ ਜੀ। ਸੋ ਇਹ ਜਿਹੜੀਆਂ ਬੈਂਕ ਡਕੈਤੀਆਂ ਹੋਈਆਂ ਨੇ, ਜਿਹੜਾ ਕੈਸ਼ ਪੈਸਾ ਲੁੱਟਿਆ ਗਿਆ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਥਿਤੀ ਆ ਜੀ ਉਹਦੀ ਮੂੰਹ ਬੋਲ ਦੀ ਤਸਵੀਰ ਨੇ। ਇਦੋਂ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਲਾਸ ਜਿਹੜੀ ਆ ਜੀ ਉਹ ਲਈ ਸੀਗੀ ਡੀ ਜੀ ਪੀ ਸੁਰੇਸ਼ ਅਰੋੜਾ ਹੋਰਾਂ ਦੀ, ਔਰ ਉਹਨਾਂ ਨੇ ਅੱਗੋਂ ਫਿਰ ਕਲਾਸ ਲਈ ਐਸ ਐਸ ਪੀਜ਼ ਦੀ। ਐਸ ਐਸ ਪੀਜ਼ ਨੂੰ ਇਹ ਵੀ ਕਿਹਾ ਜੀ ਕਿ ਜਾਂ ਤਾਂ ਉਹ ਆਪਣੀ ਕਾਰਗੁਜ਼ਾਰੀ ਦਿਖਾਉਣ ਜਾਂ ਫਿਰ ਐਕਸ਼ਨ ਦਾ ਜਿਹੜਾ ਜੀ ਉਹ ਸਾਹਮਣਾ ਕਰਨ ਦੇ ਵਾਸਤੇ ਤਿਆਰ ਰਹਿਣ। ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਅਜੇ ਤੱਕ ਵੀ ਇਹ ਜਿਹੜੀਆਂ ਵੱਡੀਆਂ ਵਾਰਦਾਤਾਂ ਹੋਈਆਂ ਨੇ ਇਹਨਾਂ ਦਾ ਕੋਈ ਖੁਰਾ ਖੋਜ ਜਿਹੜਾ ਜੀ ਉਹ ਲੱਭਿਆ ਨਹੀਂ ਕਿ ਇਹਨੂੰ ਲੁੱਟਣ ਵਾਲੇ ਕਿੱਧਰ ਗਏ, ਕੀ ਉਹਨਾਂ ਨੇ ਸੈੱਲ ਫੋਨ ਵਰਤੇ ਹੀ ਨਾ, ਕੀ ਸੀ ਸੀ ਟੀ ਵੀ ਕੈਮਰਿਆਂ ਦੀਆਂ ਜਿਹੜੀਆਂ ਫੁਟੇਜ ਸੀਗੀਆਂ ਉਹ ਸਾਹਮਣੇ ਨਾ ਆਈਆਂ। ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਇਸ 1,33,00,000 ਦੀ ਲੁੱਟ ਵਾਲੀ ਜਿਹੜੀ ਕਿਸੇ ਨੇ ਬਣਾ ਲਈ ਸੀਗੀ, ਵੇਖਿਆ ਜਾਵੇ ਤਾਂ ਉਸ ਵੀਡੀਓ ਦੇ ਵਿੱਚ ਕਾਫੀ ਕੁਛ ਜਿਹੜਾ ਜੀ ਉਹ ਦਿਸ ਸਕਦਾ ਸੀਗਾ, ਕੋਈ ਨਾ ਕੋਈ ਪਛਾਣ ਜਿਹੜੀ ਉਹ ਆ ਸਕਦੀ ਸੀ ਇਹਨਾਂ ਦੀ, ਪਰ ਆਈ ਨਹੀਂ ਜੀ। ਬਿਲਕੁਲ ਆਈ ਨਹੀਂ ਜਾਂ ਕੀਤੀ ਨਹੀਂ ਜੀ। ਤੇ ਅਖੀਰ ਵਿੱਚ ਅੱਜ ਨਵਾਂ ਕਿ ਦਾਗਿਆ ਕੱਲ ਬਿਆਨ ਸੀ ਕਾਂਗਰਸੀਏ ਬੰਦੇ ਆਪ ਦੇ ਅਸਾਂ ਵੱਲ ਆਉਣੇ ਜੀ, ਦਾਗਿਆ ਕੱਲ ਬਿਆਨ ਸੀ ਕਾਂਗਰਸੀਏ ਬੰਦੇ ਆਪ ਦੇ ਅਸਾਂ ਵੱਲ ਆਉਣੇ ਜੀ, ਅਕਾਲੀ ਆਖਦਾ ਅਸਾਂ ਸਨ ਆਪ ਭੇਜੇ, ਢੁਕਵੀਂ ਘੜੀ ਆ ਅਸੀਂ ਬੁਲਾਵਣੇ ਜੀ। ਫਿਰ ਬੋਲ ਪਿਆ ਇੱਕ ਹੈ ਭਾਜਪਾਈਆ, ਬਿਨਾਂ ਮੋਦੀ ਤੋਂ ਕਿਤੇ ਨਹੀਂ ਜਾਵਣੇ ਜੀ, ਆਗੂ ਆਪ ਦਾ ਆਖਦਾ ਗਏ ਜਿਹੜੇ ਲੋਕਾਂ ਵਾਹਣਾਂ ਦੇ ਵਿੱਚ ਭਜਾਵਣੇ ਜੀ। ਇਸੇ ਡਰੋਂ ਹੀ ਪਏ ਵਿਧਾਇਕ ਕੰਬਣ, ਸਾਨੂੰ ਲੋਕਾਂ ਨੇ ਕਿਤੇ ਨਾ ਖੜਨ ਦੇਣਾ। ਇਸੇ ਡਰੋਂ ਹੀ ਪਏ ਵਿਧਾਇਕ ਕੰਬਣ, ਸਾਨੂੰ ਲੋਕਾਂ ਨੇ ਕਿਤੇ ਨਾ ਖੜਨ ਦੇਣਾ, ਮਰੇ ਜੰਮੇ ਤੋਂ ਅਸੀਂ ਜੇ ਗਏ ਕਿਧਰੇ, ਲੋਕਾਂ ਘਰੀ ਨਾ ਆਪਣੇ ਵੜਨ ਦੇਣਾ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।